ਸਫਲ ਆਯੋਜਨ ਤੋਂ ਬਾਅਦ ਕੀ ਪੰਜਾਬੀ ਸਿੱਖ ਸੰਮੇਲਨ ਸਟੇਟ ਲੈਵਲ ਤੇ ਵੀ ਆਯੋਜਿਤ ਕੀਤਾ ਜਾਏਗਾ? ਧੰਨਵਾਦ ਤੁਹਾਡਾ, ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਹੈ। ਮੈਂ ਇਹ ਸੰਮੇਲਨ 'ਚ ਨੂੰ ਵੇਖ ਕੇ ਮੈਂ ਬਹੁਤ ਪ੍ਰਭਾਵਿਤ ਹੋਇਆ। ਮੈਂ ਜੋ ਉਤਸ਼ਾਹ ਵੇਖਿਆ ਹੈ ਲੋਕਾਂ ਦੇ ਵਿੱਚ, ਲੋਕਾਂ ਦੇ ਮਨਾਂ ਵਿੱਚ ਉਤਸ਼ਾਹ, ਮੈਂ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹੋਇਆ। ਪਰ ਮੈਂ ਇਸ ਗੱਲ ਨੂੰ ਇਹ ਮਹਿਸੂਸ ਕਰਨਾ ਕਿ ਇਸ ਜੋ ਪੰਜਾਬੀਆਂ ਦੇ ਵਿੱਚ ਇੱਕ ਡਿਸਕ੍ਰਿਮੀਨੇਸ਼ਨ ਦੀ ਭਾਵਨਾ ਪੈਦਾ ਹੋਈ ਹੈ, ਉਸ ਲਈ ਇੱਥੋਂ ਦੀਆਂ ਸਾਰੀਆਂ ਸਰਕਾਰਾਂ ਜ਼ਿੰਮੇਵਾਰ ਨੇ। ਔਰ ਉਸ ਗੱਲ ਦੀ ਵਜ੍ਹਾ ਕਰਕੇ ਪੰਜਾਬੀਆਂ ਦੇ ਵਿੱਚ ਪਿਛਲੇ 52 ਸਾਲ ਤੋਂ ਉਹਨਾਂ ਨਾਲ ਬਰਾਬਰ ਦਾ ਵਧੀਆ ਸਲੂਕ ਨਾ ਹੋਣ ਕਰਕੇ ਉਹਨਾਂ ਦੇ ਮਨਾਂ ਵਿੱਚ ਇੱਕ ਨਿੱਕੀ ਨਿੱਕੀ ਧੂਣੀ ਧੁੱਪਦੀ ਰਹੀ ਹੈ। ਉਹ ਹੁਣ ਬਰਾਬਰ ਅੱਗ ਦਾ ਬਹੁਤ ਵੱਡੇ ਭੰਬੂਕੇ ਦਾ ਰੂਪ ਧਾਰਨ ਕਰੇਗੀ। ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਆਪ ਪੰਜਾਬੀਆਂ ਨੂੰ ਨਾਲ ਲਵੇ ਅਤੇ ਪੰਜਾਬੀਆਂ ਨੂੰ ਨਾਲ ਲੈ ਕੇ ਰਾਜ ਕਰੇ, ਨਹੀਂ ਤਾਂ ਉਹਨਾਂ ਨੂੰ ਬੜੇ ਔਖੇ ਦਿਨ ਵੇਖਣੇ ਪੈਣਗੇ। ਪੰਜਾਬੀਆਂ ਦਾ ਹੱਕ ਬਣਦਾ, ਹੱਕ ਦਾ ਉਹਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ। ਔਰ ਰਾਜ ਭਾਗ ਵਿੱਚ ਇਹਨਾਂ ਦੀ ਸਾਂਝੇਦਾਰੀ ਬਹੁਤ ਲਾਜ਼ਮੀ ਹੈ। ਔਰ ਮੈਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਇਸ ਗੱਲ ਨੂੰ ਇੱਥੋਂ ਦੇ ਪੰਜਾਬੀ, ਸਾਰੇ ਪੰਜਾਬੀ ਜਿਹੜੇ ਨੇ, ਉਹ ਇੱਕ ਬਹੁਤ ਵੱਡਾ ਮਹਾਂਸੰਮੇਲਨ ਛੇਤੀ ਕਰਕੇ ਇਸੇ ਸਾਲ ਦੇ ਵਿੱਚ ਸਾਰੀ ਗੱਲ ਨੂੰ, ਸਾਰੀ ਰੂਪਰੇਖਾ ਨੂੰ ਉਹ ਅੰਤਮ ਸਰੂਪ ਦੇਣ। ਧੰਨਵਾਦ। ਪੰਜਾਬੀ ਸਿੱਖ ਸੰਮੇਲਨ ਜਿਵੇਂ ਅੱਜ ਆਯੋਜਿਤ ਕੀਤਾ ਗਿਆ, ਕੀ ਆਉਣ ਵਾਲੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਉਮੀਦਵਾਰ ਵੀ ਖੜ੍ਹਾ ਕਰਨ 'ਤੇ ਵਿਚਾਰ ਕਰੇਗਾ ਜਾਂ ਕਿਸੇ ਪਾਰਟੀਆਂ ਦੇ ਅਲੱਗ ਅਲੱਗ ਉਮੀਦਵਾਰਾਂ ਨੂੰ ਸਮਰਥਨ ਕਰਨ ਦਾ ਕੋਈ ਇਹੋ ਜਿਹਾ ਏਜੰਡਾ ਕੋਈ ਬਣਾਇਆ ਗਿਆ ਹੈ? ਮੈਂ ਇਹ ਗੱਲ ਮਹਿਸੂਸ ਕਰਨਾ ਕਿ ਅੱਜ ਕੱਲ੍ਹ ਆਰਗੇਨਾਈਜ਼ਡ ਰਾਜਨੀਤਿਕ ਤੌਰ 'ਤੇ ਹੋਏ ਬਗੈਰ ਤੁਸੀਂ, ਤੁਹਾਨੂੰ ਸਫਲਤਾ ਨਹੀਂ ਮਿਲ ਸਕਦੀ। ਖੜ੍ਹੇ ਕਰਨੇ ਸੌਖੇ ਨੇ ਪਰ ਜਿਤਾਉਣੇ ਔਖੇ ਨੇ। ਔਰ ਇੱਕ ਦਫਾ ਖੜ੍ਹ ਕੇ ਜੇ ਹਾਰ ਜਾਈਏ ਤਾਂ ਫਿਰ ਉਸ ਹਾਰ ਦੇ ਵਿੱਚੋਂ ਕੌਮਾਂ ਕਈ ਕਈ ਸਾਲ ਨਹੀਂ ਉੱਭਰ ਸਕਦੀਆਂ। ਇਸ ਵਾਸਤੇ ਮੇਰੇ ਹਰਿਆਣੇ ਦੇ ਸਿੱਖ ਸਮਾਜ ਨੂੰ, ਹਰਿਆਣੇ ਦੇ ਪੰਜਾਬੀ ਸਮਾਜ ਨੂੰ ਇੱਕੋ ਇੱਕ ਸੁਝਾਅ ਹੈ ਕਿ ਉਹ ਆਪਣੀ ਇੱਕ ਜਥੇਬੰਦੀ ਬਣਾਉਣ। ਹਰ ਪੋਲੀਟੀਕਲ ਸਿਸਟਮ ਦੇ ਵਿੱਚ ਪੋਲੀਟੀਕਲ ਪਾਰਟੀਜ਼ ਤੋਂ ਇਲਾਵਾ ਪ੍ਰੈਸ਼ਰ ਗਰੁੱਪ ਦਾ ਵੀ ਇੱਕ ਬਹੁਤ ਅਹਿਮ ਰੋਲ ਹੁੰਦਾ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਵਿੱਚ ਵੀ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵੀ ਆਏਗੀ ਅਤੇ ਹੋਰ ਜਿਹੜੀਆਂ ਇਨੈਲੋ, ਭਾਜਪਾ, ਕਾਂਗਰਸ ਵੀ ਇੱਥੇ ਆਪਦੇ ਉਮੀਦਵਾਰਾਂ ਨੂੰ ਟਿਕਟਾਂ ਦੇਣਗੀਆਂ, ਚਾਹੇ ਉਹ ਸਿੱਖ ਵੀ ਹੋ ਸਕਦਾ, ਪੰਜਾਬੀ ਵੀ ਹੋ ਸਕਦਾ। ਇਸ ਦੇ ਵਿੱਚ ਜਿਹੜੇ ਪੰਜਾਬੀ ਸਿੱਖ ਸੰਸਥਾ ਜਿਹਦਾ ਨਵਾਂ ਗਠਨ ਹੋ ਰਿਹਾ, ਉਸਦਾ ਕੀ ਹੋਏਗਾ, ਕੀ ਏਜੰਡਾ ਹੋਏਗਾ, ਕੀ ਲੈ ਕੇ ਚਲੇਗਾ, ਕੀ ਉਹਨਾਂ ਸਿੱਖ ਉਮੀਦਵਾਰ ਪੰਜਾਬੀ ਸਿੱਖ ਉਮੀਦਵਾਰਾਂ ਨੂੰ ਸਮਰਥਨ ਦੇਣਾ ਜਾਂ ਬਾਦਲ ਸਾਹਿਬ ਦੇ ਜਿਹੜੇ ਕੈਂਡੀਡੇਟ ਹੋਣਗੇ ਸ਼੍ਰੋਮਣੀ ਅਕਾਲੀ ਦਲ, ਉਹਨਾਂ ਦੇ ਜਾਂ ਆਪਦੇ ਕੈਂਡੀਡੇਟ ਖੜ੍ਹਾ ਕਰਨ ਦਾ? ਮੈਂ ਤੁਹਾਨੂੰ ਇੱਥੇ ਇੱਕ ਗੱਲ ਸਪਸ਼ਟ ਕਰ ਦਿਆਂ ਕਿ ਪਿਛਲੇ ਮਹੀਨਾ ਜਿਹੜਾ ਹਰਿਆਣੇ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਪਲੀ ਮੰਡੀ ਵਿੱਚ, ਉੱਥੇ ਉਹਨਾਂ ਨੇ, ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਇੱਕ ਰਾਜਨੀਤਿਕ ਕਾਨਫਰੰਸ ਕੀਤੀ ਸੀ, ਉਸ ਦੇ ਵਿੱਚ ਜਿਹੜੀ ਭੀੜ ਸੀ ਉਹ 93% ਐਂਡ ਆਈ ਸੇ ਇਟ ਅਗੇਨ ਕਿ 93% ਲੋਕ ਪੰਜਾਬ ਤੋਂ ਬੁਲਾਏ ਗਏ ਸਨ। ਕੇਵਲ ਅਤੇ ਕੇਵਲ 7% ਬੰਦੇ ਪਹੁੰਚੇ ਸਨ। ਜਿਹੜਾ ਅੱਜ ਦਾ ਇਕੱਠ ਹੈ ਇਹ ਸਪੋਨਟੇਨੀਅਸ ਇਕੱਠ ਹੈ, ਇਹ ਲੋਕ ਆਪਣੇ ਆਪ ਤੁਰ ਕੇ ਆਏ ਨੇ, ਆਪਣੇ ਦਿਲ ਦੀ ਹੁੱਬ ਨਾਲ ਤੁਰ ਕੇ ਆਏ ਨੇ, ਆਪਣੀ ਹੁੱਬਲ ਵਲਤਨੀ ਨਾਲ ਤੁਰ ਕੇ ਆਏ ਨੇ। ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਹਰਿਆਣੇ ਦੇ ਸਿੱਖਾਂ ਵੱਲੋਂ ਓਪਨ ਚੈਲੇਂਜ ਦੇਣਾ ਕਿ ਉਹ ਟਿੱਲ ਲਾ ਲੈਣ, ਜੇ ਹਰਿਆਣੇ ਵਿੱਚੋਂ ਇੱਕ ਵੀ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਉੱਤੇ ਜਿੱਤ ਜਾਣ ਤਾਂ ਮੈਂ ਉਹਨਾਂ ਦਾ ਦਿਨ ਦਾ।